ਪੈਨਸ਼ਨ ਲੈ ਕੇ ਆ ਰਹੀ ਸੀ ਬਜ਼ੁਰਗ ਮਹਿਲਾ, ਲੁਟੇਰਾ ਖੋਹ ਕੇ ਲੈ ਗਿਆ ਸਾਰੀ ਨਕਦੀ। ਦੱਸਦੇ ਕਿ ਬਜ਼ੁਰਗ ਮਹਿਲਾ ਜੋ ਕਿ ਬੀਤੀ ਸ਼ਾਮ ਬੈਂਕ ਦੇ ਕਸਟਮਰ ਸੈਂਟਰ ਤੋਂ ਆਪਣੀ ਪੈਨਸ਼ਨ ਲੈ ਕੇ ਆ ਰਹੀ ਸੀ ਤਾਂ ਇਸ ਲੁਟੇਰੇ ਨੇ ਮਹਿਲਾ ਤੋਂ ਸਾਰੀ ਨਕਦੀ ਖੋਹ ਲਈ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਮਹਿਲਾ ਨੇ ਮੌਕੇ ਤੇ ਰੋਲਾ ਵੀ ਪਾਇਆ ਪਰ ਇਸ ਤੋਂ ਪਹਿਲਾਂ ਹੀ ਇਹ ਲੁਟੇਰਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਦੱਸਦੇ ਕਿ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਜਿੱਥੇ ਬੈਂਕ ਦੇ ਸਾਹਮਣੇ ਇੱਕ ਲੁਟੇਰਾ ਤਾਕ ਲਗਾ ਕੇ ਬੈਠਾ ਹੁੰਦਾ ਤੇ ਇਹਨਾਂ ਨੂੰ ਇੱਕ ਬਜ਼ੁਰਗ ਮਹਿਲਾ ਆਪਣੀ 1400 ਰੁਪਏ ਪੈਨਸ਼ਨ ਲੈ ਕੇ ਬੈਂਕ ਸੈਂਟਰ ਤੋਂ ਬਾਹਰ ਆਉਂਦੀ ਹੈ, ਜਿਸ ਨੂੰ ਵੇਖ ਕੇ ਇਹ ਲੁਟੇਰਾ ਉਸ ਮਹਿਲਾ ਤੋਂ ਪਰਸ ਖੋਹ ਲੈਂਦਾ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਜਿਸ ਤੋਂ ਬਾਅਦ ਮਹਿਲਾ ਨੇ ਰੋਲਾ ਵੀ ਪਾਇਆ ਪਰ ਇਹ ਲੁਟੇਰਾ ਇੰਨੇ ਦੇ ਵਿੱਚ ਉੱਥੋਂ ਨਿਕਲ ਜਾਂਦਾ ਹੈ। ਜਿਸ ਤੋਂ ਬਾਅਦ ਸੀਸੀਟੀਵੀ 'ਚ ਵੀ ਇਹ ਲੁਟੇਰਾ ਦਿਖਿਆ ਤੇ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ ਤੇ ਪੁਲਿਸ ਹੁਣ ਸੀਸੀਟੀਵੀ ਦੇ ਆਧਾਰ ਤੇ ਇਸ ਲੁਟੇਰੇ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ। ਤਾਂ ਦੱਸਦੇ ਕਿ ਇੱਕ ਬਜ਼ੁਰਗ ਮਹਿਲਾ ਜੋ ਕਿ ਬੈਂਕ ਦੇ ਵਿੱਚੋਂ ਆਪਣੀ ਪੈਨਸ਼ਨ ਲੈ ਕੇ ਆ ਰਹੀ ਸੀ, 1400 ਰੁਪਏ ਉਸਦੀ ਪੈਨਸ਼ਨ ਸੀ ਜੋ ਕਿ ਪਰਸ ਦੇ ਵਿੱਚ ਰੱਖੀ ਹੋਈ ਸੀ, ਪਰ ਇਹਨੇ ਨੂੰ ਇਹ ਲੁਟੇਰਾ ਬਾਹਰ ਤਾਕ ਲਗਾ ਕੇ ਬੈਠਾ ਹੁੰਦਾ ਹੈ ਤੇ ਬਜ਼ੁਰਗ ਮਹਿਲਾ ਤੋਂ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਸੀਸੀਟੀਵੀ ਜਦ ਵੇਖੀ ਜਾਂਦੀ ਹੈ ਤਾਂ ਇੱਕ ਬੈਂਚ ਤੇ ਬੈਠਾ ਹੁੰਦਾ ਲੁਟੇਰਾ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਸ ਲੁਟੇਰੇ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ। ਮੈਂ 1500 ਰੁਪਏ ਇੱਥੇ ਪੈਨਸ਼ਨ ਲਈ ਆਪਣੀ। ਅੱਛਾ ਜੀ। ਭੈਣ ਇੱਥੇ ਤਾਂ ਬੈਠੀ ਹੈ ਤਾਂ ਭਾਈ, ਮੈਂ ਪੈਨਸ਼ਨ ਲੈ ਕੇ 1500 ਰੁਪਈਆ ਜੇਬ ਦਾ ਪਾਗਲ ਝੋਲੇ ਦੇ ਵਿੱਚ ਮੈਂ ਏਦਾਂ ਲਿਆ, ਪਿੱਛੇ ਦੇ ਨੱਠਾ ਗਿਆ, ਮੇਰੇ ਹੱਥ ਖਿੱਚ ਕੇ ਲੈ ਗਿਆ। ਮੈਂ ਕਿਹਾ ਮੈਂ ਗੁਰਦੁਆਰੇ ਮੱਥਾ ਟੇਕਣਾ। ਹਾਂ, ਤੁਸੀਂ ਪਿੱਛੇ ਦੇ ਨੱਠੇ ਉਹਦੇ? ਮੈਂ ਨੱਠੀ ਵੀ ਤੇ ਉਹ ਗਲੀ ਪਹਿਲਾਂ ਨੱਠ ਗਿਆ। ਮੈਂ ਦੌੜੇ ਰੌਲਾ ਪਾਇਆ, ਮੈਂ ਕਿਹਾ ਮੇਰੀ ਕਾਪੀ ਲੈ ਗਿਆ ਮੁੰਡਾ, ਕਾਪੀ ਲੈ ਕੇ ਦੋ ਮੈਂ ਬਾਹਰ ਨਿਕਲੀ ਆ, ਇਹਨਾਂ ਧੱਕਾ ਮਾਰਿਆ ਪਿੱਛੇ ਨੂੰ ਮੁੜਿਆ ਯਾਰ, ਪਿੱਛੇ ਨੂੰ ਮੁੜ ਕੇ ਮੈਨੂੰ ਧੱਕਾ ਮਾਰਿਆ, ਬਹੂ ਨੂੰ ਧੱਕਾ ਮਾਰਿਆ, ਇਹ ਨਹੀਂ ਪਤਾ ਕਿਹੜੀ ਕਿਹੜੀ।